ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਪੰਜਾਬ ਦੇ ਮੌਸਮ ਬਾਰੇ ਜਾਰੀ ਹੋਇਆ ਵੱਡਾ ਅਲਰਟ ਹੋ ਜਾਓ ਸਾਵਧਾਨ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਹਾਂਜੀ ਪੰਜਾਬ ਦੇ ਵੀ ਦਸੰਬਰ ਦਾ ਮਹੀਨਾ ਬੀਤ ਜਾਣ ਤੱਕ ਵੀ ਲੋਕਾਂ ਨੂੰ ਬਦੇਰੇ ਠੰਡ ਦਾ ਅਹਿਸਾਸ ਨਹੀਂ ਹੋਇਆ ਸੀ ਤੇ ਲੋਕਾਂ ਵੱਲੋਂ ਵੀ ਸੋਚਿਆ ਜਾ ਰਿਹਾ ਕਿ ਦਸੰਬਰ ਦਾ ਮਹੀਨਾ ਤਾਂ ਬੀਤ ਚੁੱਕਿਆ ਫਿਰ ਵੀ ਠੰਡ ਨਹੀਂ ਹੋ ਰਹੀ ਲੋਕਾਂ ਨੂੰ ਸਵੇਰੇ ਸ਼ਾਮ ਠੰਡ ਦਾ ਅਹਿਸਾਸ ਹੁੰਦਾ ਸੀ ਤੇ ਦੁਪਹਿਰ ਦੇ ਸਮੇਂ ਨਿਕਲਣ ਵਾਲੀ ਕੜਾਕੇ ਦੀ ਧੁੱਪ ਲੋਕਾਂ ਨੂੰ ਠੰਡ ਆਉਣ ਦਾ ਅਹਿਸਾਸ ਨਹੀਂ ਹੁੰਦੇ ਰਹੀ ਸੀ ਪਾਰ 15 ਦਸੰਬਰ ਤੋਂ ਲਗਾਤਾਰ ਹੋਈ ਮੌਸਮੀ ਤਬਦੀਲੀ ਨੇ ਲੋਕਾਂ ਨੂੰ ਸਰਦੀ ਤੋਂ ਬਚਣ ਲਈ ਵਧੇਰੇ ਕੱਪੜੇ ਪਾਉਣ ਲਈ ਮਜਬੂਰ ਕਰ ਦਿੱਤਾ ਹੈ ਹਾਂਜੀ ਹਾ ਨਾ ਵੱਡੀ ਖਬਰ ਸਾਹਮਣੇ ਆਈ ਹੈ ਮੌਸਮ ਦੇ ਬਾਰੇ ਤਿੰਨ ਚਾਰ ਦਿਨਾਂ ਦੇ ਦੌਰਾਨ ਲੋਕਾਂ ਨੂੰ ਧੁੱਪ ਤੋਂ ਬਚਦੇ ਰਹਿਣਾ ਪਵੇਗਾ ਉੱਥੇ ਦੱਸਿਆ ਗਿਆ ਹੈ ਕਿ 16 ਜਨਵਰੀ ਤੱਕ ਦਾ ਮੌਸਮ ਇਸੇ ਤਰ੍ਹਾਂ ਹੀ ਰਹੇਗਾ ਜਿੱਥੇ ਸਵੇਰੇ ਸ਼ਾਮ ਸੰਘਣੀ ਧੁੰਦ ਰਹੇਗੀ ਜਿੱਥੇ ਲੋਕਾਂ ਨੂੰ ਆਪਣੀ ਮੁਸ਼ਕਲਾਂ ਵਿੱਚ ਵੱਧ ਜਾਣਗੀਆਂ ਤੇ ਅਮਰੀਕਸਰ ਵਿੱਚ ਘੱਟ ਤੋਂ ਘੱਟ ਤਾਪਮਨ 0.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦੋਂ ਬਠਿੰਡਾ ਵਿੱਚ 2014 ਦੇ ਵਿੱਚ 27 ਦਸੰਬਰ ਨੂੰ ਘੱਟ ਤੋਂ ਘੱਟ ਤਾਪਮਨ 5 ਡਿਗਰੀ ਦਰਜ ਕੀਤਾ ਗਿਆ ਸੀ ਉੱਥੇ ਹੀ 7 ਸਾਲਾਂ ਬਾਅਦ ਪਹਿਲੀ ਵਾਰੀ ਹੋਇਆ ਹੈ ਕਿ ਬਠਿੰਡੇ ਵਿੱਚ ਦਸੰਬਰ ਮਹੀਨੇ ਦੌਰਾਨ ਤਾਪਮਾਨ ਮੰਨੀ ਵਿੱਚ ਪੁੱਜਾ ਹੈ ਜਿੱਥੇ ਸ਼ਨੀਵਾਰ ਨੂੰ ਬਠਿੰਡੇ ਦਾ ਤਾਪਮਨ ਸਭ ਤੋਂ ਵੱਧ ਸੀ ਤੇ ਖਬਰ ਨੂੰ ਲਾਸਤ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ